ਸਸਕਲ ਦੋਸਤੋ ਮੈਂ ਪ੍ਰਵੇਸ਼ ਬਟ ਪੰਜਾਬ ਡੇਰੀ ਦੇ ਸਟੂਡੀਓ ਵਿੱਚ ਅੱਜ ਸਾਡੇ ਕੋਲ ਪਹੁੰਚੇ ਨੇ ਸ਼੍ਰੀ ਅਸ਼ੋਕ ਪੁਰੀ ਜੀ ਜੋ ਕਿ ਏਕਤਾ ਲਹਿਰ ਅਖਬਾਰ ਦੇ ਮੁੱਖ ਸੰਪਾਦਕ ਨੇ ਅੱਜ ਆਪਾਂ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਨਾਲ ਦੋ ਗੱਲਾਂ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਈ ਕਿ ਇਹ ਅਖਬਾਰ ਵਾਲੀ ਲਾਈਨ ਦੇ ਵੱਲ ਤੁਸੀਂ ਜਾਣਾ? ਪਹਿਲਾਂ ਮੇਨ ਮੇਰਾ ਪ੍ਰਿੰਟਿੰਗ ਦਾ ਕੰਮ ਚੱਲ ਰਿਹਾ, ਕਾਰਨਰ ਪ੍ਰਿੰਟਿੰਗ ਹੋ ਰਿਹਾ ਸੀ। ਉਸ ਆਧਾਰ ਦੇ ਉੱਤੇ ਕੁਝ ਸਮਾਂ ਮਿਲਦਾ ਸੀ, ਕੁਝ ਸ਼ੌਂਕ ਸੀਗਾ। ਸ਼ੌਂਕ ਦੇ ਨਾਲ ਨਾਲ ਕੁਝ ਖਬਰਾਂ, ਆਮ ਛੋਟੀਆਂ ਅਖਬਾਰਾਂ ਨਾਲ ਅਟੈਚਮੈਂਟ, ਈਵਨਿੰਗ ਅਖਬਾਰ ਨਿਕਲਦੀ ਸੀ ਜਲੰਧਰ ਤੋਂ ਚੰਗਿਆਰੀ, ਤੇ ਹੋਰ ਇੱਕ ਦੋ ਅਖਬਾਰਾਂ ਸੀ, ਉਹਨਾਂ ਨਾਲ ਅਟੈਚਮੈਂਟ ਹੋ ਕੇ ਫਿਰ ਮਨ ਚ ਆਇਆ ਵੀ ਕਿਉਂ ਨਾ ਆਪਣੀ ਅਖਬਾਰ, ਮਸ਼ੀਨਾਂ ਲੱਗੀਆਂ ਆਪਣੀ ਅਖਬਾਰ ਖੋਲੀ ਜਾਵੇ। ਔਰ ਉਹਦੇ ਨਾਲ ਅਸੀਂ ਅਪਲਾਈ ਕਰਤਾ, ਅਪਲਾਈ ਕਰਨ ਦੇ ਨਾਲ ਫਿਰ ਸਾਡੇ ਜਿਹੜੇ ਏਕਤਾ ਲਹਿਰ ਦਾ ਨਾਮ ਆ ਗਿਆ। ਉਹਦੇ ਨਾਲ ਅਸੀਂ ਜਿਹੜੀ ਅਖਬਾਰ ਜਿਹੜੀ ਵੀਕਲੀ ਦੇ ਨਾਮ ਉੱਤੇ ਸ਼ੁਰੂ ਕੀਤੀ। ਸਰ, ਇਹ ਜਿਹੜੀ ਤੁਸੀਂ ਆਪਣੀ ਅਖਬਾਰ ਦਾ ਨਾਮ ਏਕਤਾ ਲਹਿਰ ਹੀ ਕਿਉਂ ਸੋਚਿਆ, ਹੋਰ ਕੋਈ ਨਾਮ ਵਗੈਰਾ ਜਾਂ ਇਹ ਨਾਮ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਸੀਗਾ ਜਾਂ ਵੈਸੇ ਹੀ ਤੁਸੀਂ ਏਕਤਾ ਲਹਿਰ ਜਿਹੜਾ ਇਹ ਨਾਮ ਰੱਖਿਆ? ਤਿਲਕਰਾਜ ਜੀ ਸ਼ਰਮਾ ਤੇ ਆਪਣੇ ਮੇਰੇ ਵੱਡੇ ਭਾਈ ਸਾਹਿਬ ਅਸ਼ਨੀ ਪੁਰੀ ਜੀ ਤੇ ਵਿਨੋਦ ਸਵਰਗ ਵਾਸੀ ਵਿਨੋਦ ਸਾਗਰ ਜੀ, ਕਾਫੀ ਸਾਡੇ ਬੇਟੇ ਸੀ, ਕਾਫੀ ਭਰਾਵਾਂ ਨੂੰ ਪਿਆਰ ਸੀ। ਉਹਦੇ ਨਾਲ ਅਸੀਂ ਬੈਠ ਕੇ ਤਿੰਨੇ ਜਾਣੇ ਆਏ ਬਈ ਉਹਨਾਂ ਦੇ ਸਿਲੈਕਟ ਕੀਤੇ 12-13 ਨੌ ਜਿਹੜੇ ਭੇਜਣੇ ਹੁੰਦੇ ਆ, ਉਹਦੇ ਵਿੱਚ ਇਹ ਗੱਲਾਂ ਵਿੱਚ ਬਈ ਅੱਜ ਕੱਲ ਦੇ ਯੁੱਗ ਦੇ ਵਿੱਚ ਵੀ ਏਕਤਾ ਦਾ ਪ੍ਰਤੀਕ ਮੰਨਿਆ ਜਾਊਗਾ। ਉਹਦੇ ਨਾਲ ਅਸੀਂ ਉਹਦਾ ਨਾਂ ਵੀ ਉਹਦੇ ਵਿੱਚ ਰੱਖਤਾ, ਜਿਹੜਾ ਕਿ ਸੈਂਟਰਲ ਗੌਰਮੈਂਟ ਨੇ ਵੀ ਏਕਤਾ ਲਹਿਰ ਦਾ ਨਾਂ ਡਿਸਾਈਡ ਕਰਕੇ ਉਹਨਾਂ ਸਾਨੂੰ। ਸਰ, ਏਕਤਾ ਲਹਿਰ ਜਿਹੜੀ ਅਖਬਾਰ ਆ ਅੱਜ ਤੁਸੀਂ ਨਕੋਦਰ ਤਹਿਸੀਲ ਤੋਂ ਸ਼ੁਰੂ ਕੀਤੀ ਸੀਗੀ, ਅੱਜ ਜਿਹੜੀ ਤੁਹਾਡੀ ਅਖਬਾਰ ਆ ਇਹ ਪੂਰੇ ਪੰਜਾਬ ਲੈਵਲ ਤੇ ਚਲੀ ਗਈ ਆ, ਤੇ ਇਹ ਸਰ ਤੁਸੀਂ ਇਹਨੂੰ ਨਕੋਦਰ ਤੋਂ ਪੂਰੇ ਪੰਜਾਬ ਸਟੇਟ ਦੇ ਵਿੱਚ ਲਿਜਾਣ ਦੇ ਲਈ ਤੁਸੀਂ ਕਿੱਦਾਂ ਮਿਹਨਤ ਕੀਤੀ ਤੇ ਕਿੰਨੀ ਮਿਹਨਤ ਕੀਤੀ ਸਾਡੇ ਦਰਸ਼ਕਾਂ ਨੂੰ ਦੱਸੋ। ਸਾਡੇ ਇਹਦੇ ਵਿੱਚ ਇਹ ਵੀ ਪਹਿਲਾਂ ਸਟੈਪ ਬਾਏ ਸਟੈਪ ਅਸੀਂ ਚੱਲੇ ਆ ਨਕੋਦਰ ਦੇ ਵਿੱਚ, ਅਸੀਂ ਆਲੇ ਦੁਆਲੇ ਪਿੰਡਾਂ ਚ ਔਰ ਆਪਣੇ ਹੋਕਾ ਰੱਖੇ, ਲੇਕਿਨ ਪਬਲਿਕ ਦੀ ਆਵਾਜ਼ ਜਿਹੜੀ ਆ ਜਿਹੜੀ ਅਫਸਰਸ਼ਾਹੀ ਤੱਕ ਨਹੀਂ ਪਹੁੰਚਦੀ ਸੀ, ਉਹ ਅਸੀਂ ਪਬਲਿਕ ਦੀ ਆਵਾਜ਼ ਜਿਹੜੀ ਅਫਸਰਸ਼ਾਹੀ ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਔਰ ਉਸ ਤੋਂ ਬਾਅਦ ਸਟੈਪ ਬਾਏ ਸਟੈਪ ਅਸੀਂ ਜਿਹੜੇ ਆ ਇਹਦੀਆਂ ਇਸ ਵੇਲੇ 28 ਬ੍ਰਾਂਚਾਂ ਵਾ ਪੰਜਾਬ ਦੇ ਵਿੱਚ, ਜਿਹੜੇ ਕਿ ਜਿਸ ਤਰ੍ਹਾਂ ਸਾਰਿਆਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ 13-14 ਸਾਲ ਤੋਂ ਚੱਲ ਰਹੀ ਆ, ਲੇਕਿਨ ਹੁਸ਼ਿਆਰਪੁਰ, ਪਗਵਾੜਾ, ਅੰਮ੍ਰਿਤਸਰ, ਲੁਧਿਆਣਾ, ਇਸ ਤਰ੍ਹਾਂ ਕਰਕੇ 28 ਬ੍ਰਾਂਚਾਂ, ਨੂਰ ਮਹਿਲ, ਸ਼ਾਹਕੋਟ, 28 ਬ੍ਰਾਂਚਾਂ ਦਾ ਮਤਲਬ ਇਹ ਸੀਗਾ ਵੀ ਸਾਡਾ ਬਈ ਉੱਥੇ ਦੇ ਜਿਹੜੇ ਬ੍ਰਾਂਚ ਬਣਾਉਣ ਦੇ ਨਾਲ ਇੱਕ ਤਾਂ ਪੱਤਰਕਾਰ ਉਹਦੇ ਨਾਲ ਅਟੈਚਮੈਂਟ ਹੁੰਦੇ, ਇੱਕ ਉੱਥੇ ਦੀਆਂ ਖਬਰਾਂ ਜਿਹੜੀਆਂ ਵਾ ਸਾਰੀਆਂ ਜਿਹੜੀਆਂ 28 ਬ੍ਰਾਂਚਾਂ ਇਸ ਕਰਕੇ ਬਣਾਈਆਂ ਸੀ ਤੇ ਜਿਹੜੀ ਐਤਵਾਰ ਨੂੰ ਹੀ ਸਵੇਰੇ ਜਿਹੜੀ ਆ ਸਪਲਾਈ ਉਹਨਾਂ ਦੇ ਜਾਵੇ, ਕਿਉਂਕਿ ਅੱਜ ਕੱਲ ਦੇ ਯੁੱਗ ਦੇ ਵਿੱਚ ਬਈ ਅੱਗੇ ਜਿਹੜੀ ਅਖਬਾਰ ਦੂਜੇ ਚੌਥੇ ਦਿਨ ਬਾਈ ਡਾਕ ਰਾਹੀਂ ਵੀ ਪਹੁੰਚਦੀ ਸੀਗੀ, ਲੇਕਿਨ ਜਾਨੋ ਕਈ ਕੁਛ ਅੱਜ ਕੱਲ ਬਲ ਜਾਂਦਾ ਸੀ, ਇਸ ਕਰਕੇ ਉਹਨੂੰ ਮੰਦੇ ਨਜ਼ਰ ਰੱਖਦੇ ਹੋਇਆ ਵੀ ਅਸੀਂ ਐਤਵਾਰ ਨੂੰ ਹੀ ਸਪਲਾਈ ਜਿਹੜੀ ਆ ਉਹ ਜਿਹੜੀ ਆਪਣੇ ਪਨੀਰੀ ਦੇ ਵਿੱਚ ਹੋਕਰਾਂ ਦੇ ਨਾਲ ਉਹ ਸਪਲਾਈ ਕਰ ਦਿੰਦੇ, ਜਿਹੜੀ ਕਿ ਇਸ ਵੇਲੇ ਸਾਡੇ ਕੱਲੇ ਪੰਜਾਬ ਚ ਨਹੀਂ, ਹਿਮਾਚਲ, ਹਰਿਆਣਾ, ਲੇਕਿਨ ਇੱਥੇ ਕੁਛ ਘੱਟ ਹੈਗੀ ਕਾਫੀ ਹੱਦ ਤੱਕ, ਕਿਉਂਕਿ ਜਿਹੜੇ ਆਪਣੇ ਪੰਜਾਬੀ ਭਰਾ ਉੱਧਰ ਰਹਿੰਦੇ ਹੈਗੇ ਆ ਉਹਨੇ ਕਾਫੀ ਅਖਬਾਰਾਂ ਆਪਣੇ ਉੱਧਰ ਜਾ ਰਹੀਆਂ ਹੈਗੀਆਂ, ਉਹ ਬਾਈ ਡਾਕ ਰਹੀ ਆ। ਸਰ, ਕਿਸੇ ਏਰੀਏ ਦੇ ਵਿੱਚ ਜਿੱਦਾਂ ਕਿ ਤੁਹਾਡੀ ਅਖਬਾਰ ਕਿਤੇ ਨਹੀਂ ਜਾ ਰਹੀ ਆ, ਉਸ ਏਰੀਏ ਦੇ ਲੋਕ ਜੇ ਏਕਤਾ ਲਹਿਰ ਜਿਹੜੀ ਆ ਤੁਹਾਡੀ ਅਖਬਾਰ ਆ ਉਹ ਪੜ੍ਹਨਾ ਚਾਹੁੰਦੇ ਹੋਣ ਤੇ ਉਹ ਕਿਸ ਤਰ੍ਹਾਂ ਪੜ੍ਹ ਸਕਦੇ ਜੀ? ਐਸਾ ਸਾਡੇ ਥੋੜੇ ਸਮੇਂ ਤੋਂ ਹੀ ਅਸੀਂ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆ, ਇੱਕ ਏਕਤਾ ਲਹਿਰ .in ਚੈਨਲ ਚਲਾ ਸ਼ੁਰੂ ਕੀਤਾ ਹੋਇਆ ਵਾ, ਉਹ ਸ਼ੁਰੂ ਹੋ ਚੁੱਕਾ ਵਾ ਤੇ ਉਹ ਆਮ ਜਿਹੜੇ ਵਾ ਜਿੱਥੇ ਨਹੀਂ ਪਹੁੰਚ ਸਕਦੇ ਤਾਂ ਉਹ ਨੈਟ ਦੇ ਥਰੂ ਜਿਹੜੇ ਪੜ੍ਹ ਸਕਦੇ। ਹਾਂਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵੱਲੋਂ, ਆਪਣੇ ਪੰਜਾਬ ਡੇਅਰੀ ਦੀ ਪੂਰੀ ਟੀਮ ਦੇ ਵੱਲੋਂ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਅਤੇ ਆਪਣੇ ਪੂਰੀ ਟੀਮ ਦੇ ਵੱਲੋਂ ਤੁਹਾਡੀ ਅਖਬਾਰ ਨੂੰ ਹੋਰ ਵੀ ਬੁਲੰਦੀਆਂ ਤੱਕ ਪਹੁੰਚਣ ਦੀ ਪਰਮਾਤਮਾ ਅੱਗੇ ਦੁਆ ਕਰਦਾ।